हाँ जी सब चीज भिज गया, कपड़े दाने सब चीज भिज गया, सारे घर सब चीज कूड़े नाले च चल गया। थानू कोई कोई भी जदा पानी देखते हैं, बेई देखते हैं, बेई देखते हैं, तो जेडी आ पानी पिछों आया बहुत सारे मदद ले बंदे आए, सरकार आई, तुहाडे कोल आया कोई? साडे कोल ओही आए सी बस, जेडे पा उथे लंगर करदे सी। ਉਹ ਤਾਂ ਚਲੋ ਲੰਗਰ ਲਾਇਆ ਉਹਨਾਂ ਨੇ, ਉਹ ਤਾਂ ਲੰਗਰ ਦੇਣ ਆਏ ਹੋਣੇ ਆ। ਇੱਥੇ ਕੋਈ ਨਹੀਂ ਆਇਆ, ਸਰਕਾਰੀ ਬੰਦਾ ਤਾਂ ਨਹੀਂ ਆਇਆ ਕੋਈ? ਕੋਈ ਨਹੀਂ ਆਇਆ। ਹਾਂ ਦੇਖੋ ਬੰਦਾ ਗਏ ਸੀ ਦੀਪਾ ਏਜੰਸੀ ਨਾਲ ਸੀ। ਹਾਂ ਜੀ, ਉਹ ਕਹਿੰਦੇ ਸੀ ਅਸੀਂ ਤੁਸੀਂ ਜਾਓ ਅਸੀਂ ਆਵਾਂਗੇ, ਅੱਜ ਆਏ ਨਹੀਂ ਸੀ ਉਹ। ਅੱਛਾ ਜੀ, ਲਓ ਜੀ ਆ ਸੁਣ ਲਓ, ਐਮਸੀ ਦਾ ਦੁਆਰਾ ਨਾਮ ਲਿਓ ਜਰਾ, ਕੌਣ ਸੀਗੇ? ਦੀਪਾ ਏਜੰਸੀ ਦੇ ਗਏ ਸੀ, ਉਹ ਕਹਿੰਦੇ ਤੁਸੀਂ ਅੱਗੇ ਨੂੰ ਜਾਓ ਅਸੀਂ ਆਵਾਂਗੇ। ਤੁਹਾਡੀਆਂ ਵੋਟਾਂ ਹੈਗੀਆਂ ਇੱਥੇ? ਵੋਟਾਂ ਸਾਡੀਆਂ ਹੈਗੀਆਂ। ਲਓ ਜੀ, ਵੱਡਾ ਸਵਾਲ ਹੈ ਇੱਥੇ ਕਾ ਕੀ ਗੱਲ ਕਰੋ ਜਰਾ ਸਰ, ਸਾਡੀਆਂ ਹੁਣ ਦੇਖੋ ਕਿੱਡੀ ਵੱਡੀ ਪੋਲ ਖੁੱਲ ਰਹੀ ਹੈ ਕਿ ਐਮਸੀ ਸਾਹਿਬ ਕਹਿ ਰਹੇ ਆ ਕਿ ਤੁਸੀਂ ਚਲੋ ਅਸੀਂ ਆਨੇ ਆ। ਕੋਈ ਨਹੀਂ ਇੱਥੇ ਸਾਡੇ ਹੱਲ ਸੁਣੇ ਆ। ਨਗਰ ਕੌਂਸਲ ਗੜਸ਼ੰਕਰ ਤੋਂ ਸਾਡੇ ਕਿਹੜਾ ਵਾਰਡ ਆ ਤੁਹਾਡਾ? ਸਾਡੇ ਵਾਰਡ ਗੜਸ਼ੰਕਰ, ਗੜਸ਼ੰਕਰ ਦੇ ਬੰਦੇ ਆ ਅਸੀਂ। ਨਹੀਂ ਗੜਸ਼ੰਕਰ ਦੇ ਵੀਰਪੁਰ, ਹਾਂ ਚਲੋ ਵੀਰਪੁਰ ਸਾਡੀ ਸੜਕ, ਸ਼ਾਇਦ ਇਹਨਾਂ ਨੂੰ ਵਾਰਡ ਯਾਦ ਨਹੀਂ ਹੈ। ਹਾਂ ਇਹ ਪੰਜ ਨੰਬਰ ਵਾਰਡ, ਪੰਜ ਨੰਬਰ ਵਾਰਡ, ਦੇਖੋ ਜੀ ਉਹ ਭੈਣ ਜੀ, ਭੈਣ ਜੀ ਤੁਸੀਂ ਇੱਥੇ ਆ ਕੇ ਗੱਲ ਕਰੋ, ਪੰਜ ਨੰਬਰ ਵਾਰਡ ਹੈ, ਸਾਡੀ ਕੋਈ ਹੱਲ ਨਹੀਂ ਸੁਣਿਆ, ਸਾਡਾ ਘਰ ਬਾਹਰ ਸਭ ਚੀਜ਼ ਸਾਡਾ। ਐਮਸੀ ਸਾਹਿਬ ਕਹਿ ਰਹੇ ਆ ਕਿ ਅਸੀਂ ਆਵਾਂਗੇ, ਹੈ ਨਾ ਜੀ। ਵੋਟਾਂ ਵੇਲੇ ਕਦੋਂ ਕਿੰਨਾ ਆਏ ਨੇ ਵੋਟਾਂ ਵੇਲੇ? ਕਿੰਨਾ ਕਾਇਨ ਵੋਟਾਂ ਵਕਤ ਸਭ ਲੋ ਸਾਡੇ ਸਭ ਆਂਦੇ, ਜਿੰਨੇ ਐਮਸੀ ਹੈਗੇ ਸਾਰੇ ਇੱਥੇ ਆਂਦੇ, ਅਸੀਂ ਵੋਟਾਂ ਜਿੱਥੇ ਕਹਿੰਦੇ ਉੱਥੇ ਅਸੀਂ ਸਿੱਟ ਦਿੰਦੇ, ਸਾਡੀ ਹਾਲ ਕੋਈ ਨਹੀਂ ਸੁਣਦਾ ਜਨਾਬ ਜੀ। ਲਓ ਜੀ ਸੁਣ ਲਓ ਜੀ, ਹਾਂਜੀ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਬੀਬੀ ਜੀ ਕਹਿ ਰਹੇ ਆ ਕਿ ਵੋਟਾਂ ਵੇਲੇ ਸਾਰੇ ਆਉਂਦੇ ਨੇ, ਹੈ ਨਾ, ਸਪੋਰਟ ਕਰਨ ਵੀ ਆਉਂਦੇ ਨੇ, ਵੋਟ ਕਹਿਣ ਲਈ ਵੀ ਆਉਂਦੇ ਨੇ, ਪਰ ਜਦੋਂ ਪਾਣੀ ਜਿਹੜਾ ਸੀ ਇਹਨਾਂ ਦੇ ਘਰਾਂ ਚ ਵੜਿਆ ਸੀ, ਆ ਨਿੱਕੇ ਨਿੱਕੇ ਨਿਆਣੇ ਜਿਹੜੇ ਆ ਉਹ ਜਿਹੜੇ ਨੇ ਉਹ ਪਾਣੀ ਦੇ ਵਿੱਚ ਸੀਗੇ, ਤਾਂ ਉਦੋਂ ਤੁਸੀਂ ਐਮਸੀ ਸਾਹਿਬ ਨੂੰ ਫੋਨ ਕੀਤਾ ਸੀ ਜਾਂ ਕਿ ਕੋਈ? ਅਸੀਂ ਘਰ ਗਏ ਸੀ ਉਹਨਾਂ ਦੇ। ਦੇਖੋ ਕਿੱਡੀ ਵੱਡੀ ਤ੍ਰਾਸਦੀ ਆ, ਜ਼ਿੰਮੇਵਾਰ ਹੋ ਤੁਸੀਂ, ਰਿਸਪੋਨਸੀਬਲ ਹੋ ਤੁਸੀਂ, ਇਲੈਕਟਿਡ ਪਰਸਨ ਹੋ ਤੁਸੀਂ, ਤੁਹਾਨੂੰ ਚੁਣਿਆ ਗਿਆ। ਜੇ ਦੀਪਾ ਐਮਸੀ ਜੀ ਮੇਰੀ ਗੱਲ ਸੁਣਦੇ ਹੋਣ, ਤੁਹਾਨੂੰ ਚੁਣਿਆ ਗਿਆ, ਫਿਰ ਤੁਸੀਂ ਕਹਿ ਕੇ ਨਹੀਂ ਆ ਰਹੇ। ਹਾਂ ਜੇ ਧਨਾੜ ਦੇ ਕਿਸੇ ਨੇ ਬੁਲਾਇਆ ਹੁੰਦਾ ਤਾਂ ਸ਼ਾਇਦ ਐਡਵਾਂਸ ਜਾਣਾ ਸੀਗਾ, ਪਰ ਵੱਡਾ ਸਵਾਲ ਹੈ ਕਿ ਮਤਲਬ ਐਮਸੀ ਜਿਹੜਾ ਨਾ ਉਹ ਇਹਨਾਂ ਨੂੰ ਕਹਿ ਕੇ ਤੁਸੀਂ ਕਦੋਂ ਗਿਆ ਸੀ ਤੇ ਕਦੋਂ ਤੱਕ ਨਹੀਂ ਆਏ? ਪੰਜ ਸਾਡਾ ਅਸੀਂ ਡੁੱਬ ਗਏ ਸੀ, ਸਾਡਾ ਸਾਰਾ ਸਮਾਨ ਅੰਦਰ ਸੀ, ਬੱਚੇ ਲੈ ਕੇ ਅਸੀਂ ਗਏ, ਬਸ ਕੋਈ ਸਮਾਨ ਨੀ ਸਾਡੇ ਨਾਲ ਗਿਆ, ਕੁਛ ਨੀ ਗਿਆ, ਬੱਚੇ ਲੈ ਕੇ ਰਾਤ ਦਾ ਟਾਈਮ ਸੀ। ਚਲੋ ਤੁਸੀਂ ਆਪਣਾ ਬਚਾ ਕੀਤਾ ਹੈਗਾ, ਬਚਾ ਕੀਤਾ ਸੀ, ਠੀਕ ਹੈ, ਸਮਾਨ ਤੁਹਾਡਾ ਪਾਣੀ ਚ ਭਿੱਜ ਗਿਆ, ਸਭ ਚੀਜ਼ ਭਿੱਜ ਗਿਆ, ਦਾਣਾ ਪੱਕਾ ਸਭ ਚੀਜ਼ ਭਿੱਜ ਗਿਆ। ਰਾਤ ਦੇ ਟਾਈਮ ਇਕਦਮ ਰੇਹੜ ਪਾਣੀ ਦੀ ਆਈ ਸੀ, ਅਸੀਂ ਬੱਚੇ ਲੈ ਕੇ ਰਾਤ ਨੂੰ ਉੱਥੇ ਗਏ, ਬਸ ਲੋਕਾਂ ਦੇ ਘਰ ਸਾਡੀ ਅਸੀਂ ਸਵੇਰੇ ਗਏ, ਸਾਡੀ ਵੋਟਾਂ ਲੈ ਲਈਆਂ ਤੁਹਾਡੇ ਕੋਲੋਂ, ਲੇਕਿਨ ਤੁਹਾਡਾ ਹਾਲ ਨੀ ਪੁੱਛਿਆ ਕਿਸੇ ਨੇ? ਸਾਨੂੰ ਕੋਈ ਵੀ ਹਾਲ ਪੁੱਛਦਾ, ਸਾਨੂੰ ਵੋਟਾਂ ਲੈਣ ਵਾਸਤੇ ਤਾਂ ਕਹਿੰਦੇ ਆ ਸਾਨੂੰ ਵੋਟ ਪਾਓ, ਸਾਨੂੰ ਪਾਓ, ਸਾਨੂੰ ਪਾਓ, ਪਰ ਅਸੀਂ ਵੋਟਾਂ ਪਾਉਂਦੇ ਆ, ਸਾਡਾ ਕੋਈ ਨੀ ਹੱਜ ਕਰਦਾ, ਹੱਲ ਨੀ ਸਾਡਾ ਕੋਈ ਵੀ ਕਰਦਾ। ਹੁਣ ਸਾਡੇ ਜੁੱਗਿਆਂ ਦੇ ਵਿੱਚ ਮਣ ਮਣ ਪੱਕਾ ਪਾਣੀ ਆ ਗਿਆ, ਸਾਰੇ ਦਾਣੇ ਭਿੱਜ ਗਏ, ਸਾਰੇ ਕੱਪੜੇ ਭਿੱਜ ਗਏ, ਇਕਦਮ ਰੋ ਆਇਆ। ਅਸੀਂ ਨਿਆਣੇ ਨੂੰ ਚੱਕ ਕੇ ਅਸੀਂ ਨੱਠੇ ਬਗਾਨੀ ਕੋਠੀ ਦੇ ਵਿੱਚ, ਅਸੀਂ ਉੱਥੇ। ਹਾਂ ਚਲੋ ਕਿਸੇ ਨੇ ਸ਼ਰਮ ਦਿੱਤੀ ਤੁਹਾਨੂੰ, ਪਰ ਜੇ ਗੱਲ ਕਰਦੇ ਹੋ ਤਾਂ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾਈਆਂ, ਇਹ ਪੈਂਜੀ ਕਹਿ ਰਹੇ ਵੀ ਅਸੀਂ ਉਹਨਾਂ ਨੂੰ ਘਰ ਜਾ ਕੇ ਆਏ ਉਹਨਾਂ ਦੇ। ਹਾਂਜੀ ਹਾਂਜੀ, ਉਹ ਆਏ ਸੁਣਦੇ ਨੀ ਉੱਥੇ ਸਾਡੀ, ਅਸੀਂ ਗਏ ਸੀ ਉਹਨਾਂ ਦੇ ਕੋਲ, ਉਹਨੇ ਸਾਡੀ ਕੋਈ ਨੀ ਸੁਣੀ। ਵੱਡਾ ਸਵਾਲ ਹੈ ਜੀ ਕਿ ਚਾਹੇ ਪ੍ਰਵਾਸੀ ਨੇ ਚਾਹੇ ਥਾਂ ਚੱਲ ਨੇ, ਥਾਂ ਚੱਲ ਦਾ ਮਤਲਬ ਹੁੰਦਾ ਕਿ ਇੱਥੇ ਇਹਨਾਂ ਦਾ ਕੋਈ ਟਿਕਾਣਾ ਨਹੀਂ ਹੈ, ਪਰ ਵੱਡਾ ਸਵਾਲ ਹੈ ਕਿ ਇਹਨਾਂ ਦਾ ਜ਼ਿੰਮੇਵਾਰ ਕੌਣ ਹੈ? ਤੁਸੀਂ ਵੋਟਾਂ ਲੈ ਲੈਂਦੇ ਹੋ, ਵੱਡੀ ਗਿਣਤੀ ਚ ਜੇਤੂ ਕਰਾਰ ਆਪਣੇ ਆਪ ਨੂੰ ਗਿਣਦੇ ਹੋ, ਪਰ ਜੇ ਗੱਲ ਇਹਨਾਂ ਵੋਟਾਂ ਦੀ ਕਰੀਏ ਤਾਂ ਕੌਣ ਜ਼ਿੰਮੇਵਾਰ ਹੈ? ਇਹ ਵੱਡਾ ਸਵਾਲ ਹੈ ਇੱਥੇ ਦੇ ਐਮਸੀ ਨੂੰ, ਇੱਥੇ ਦੇ ਕੌਂਸਲਰ ਨੂੰ। ਤੁਹਾਨੂੰ ਲਾਈਵ ਬਹੁਤ ਸਾਰੇ ਲੋਕ ਦੇਖ ਰਹੇ ਆ, ਆਪਣੇ ਐਮਸੀ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ ਹੋ? ਅਸੀਂ ਦੱਸ ਕਹਿੰਦੇ ਸਾਨੂੰ ਕੋਈ ਹੱਲ ਬਣਾ ਦੇਣ, ਬਸ ਸਾਡੇ ਬੱਚੇ ਹੈਗੇ ਛੋਟੇ ਛੋਟੇ, ਕੱਲ ਪਾਣੀ ਦਾ ਰੋ ਆ ਜਾ, ਸਾਡੇ ਬੰਦੇ ਕੋਈ ਨੀ ਕਮਾਣ ਵਾਲੇ, ਅਸੀਂ ਆਪਣਾ ਕਮਾਉਂਦੇ ਆ, ਅਸੀਂ ਗੱਤਾ ਬੋਤਾ ਚੁੱਕੇ ਅਸੀਂ ਰੋਟੀ ਖਾਂਦੇ ਆ। ਕੰਮ ਕੀ ਕਰਦੇ ਹੋ ਤੁਸੀਂ, ਮਤਲਬ ਤੁਹਾਡਾ ਜਿਹੜਾ ਕੰਮ, ਤੁਹਾਡਾ ਰੋਜ਼ਮਰ੍ਹਾ ਦੀ ਜ਼ਿੰਦਗੀ ਚ ਗੁਜ਼ਾਰਾ ਕਿੱਦਾਂ ਕਰਦੇ ਹੋ? ਅਸੀਂ ਇੱਦਾਂ ਗੱਤੇ ਬੋਤਲਾਂ ਚੁੱਕੇ ਰੋਟੀ ਖਾਂਦੇ ਹਾਂ। ਗੱਤੇ ਤੇ ਬੋਤਲਾਂ ਚੁੱਕਦੇ ਹੋ? ਹਾਂਜੀ, ਰੋਟੀ ਖਾਂਦੇ ਹਾਂ, ਜਿਹਨੂੰ ਕਬਾੜ ਕਹਿ ਦਿੰਦੇ ਆਪਾਂ। ਹਾਂ ਅੱਛਾ, ਕਬਾੜ ਚੁੱਕੇ ਰੋਟੀ ਖਾਂਦੇ ਜੀ। ਵਿਧਵਾ ਤੀਵੀਆਂ? ਵਿਧਵਾ ਤੀਵੀਆਂ, ਸਾਡੇ ਕੋਈ ਕਮਾਣੇ ਵਾਲਾ ਹੈ? ਕਮਾਣੇ ਵਾਲਾ ਹੈ ਨਹੀਂ, ਸਾਡੇ ਬੱਚੇ ਛੋਟੇ ਛੋਟੇ ਹੈ, ਅਸੀਂ ਇਹੀ ਕਹਿੰਦੇ ਸਾਨੂੰ ਕੋਈ ਹੱਲ ਬਣਾ ਦੇਣ, ਸਾਨੂੰ ਸਾਡੇ ਕੱਲ ਨੂੰ ਕੋਈ ਰਹਿੜ ਪਾਣੀ ਦੀ ਆ ਜਾਵੇ, ਕੋਈ ਬੱਚੇ ਨੇ ਸਾਡੇ ਮਰ ਜਾਣ। ਇਹ ਜਗ੍ਹਾ ਤੁਹਾਡੀ ਆਪਣੀ ਆ ਜਾਂ ਸਾਡੀ ਆ? ਆਪਣੀ ਆ। ਤੁਹਾਡੀ ਆਪਣੀ ਆ? ਹਾਂਜੀ ਹਾਂਜੀ। ਪੱਕੇ ਵੋਟਰ ਹੋ ਤੁਸੀਂ? ਪੱਕੇ। ਗੜਸ਼ੰਕਰ ਵਾਰਡ 5 ਦੇ ਪੱਕੇ ਵੋਟਰ ਹੋ ਤੁਸੀਂ? ਪੱਕੇ ਵੋਟਰ। ਲਓ ਜੀ, ਫਿਰ ਤਾਂ ਐਮਸੀ ਸਾਹਿਬ ਨੂੰ ਮੈਂ ਦੁਬਾਰਾ ਫਿਰ ਆਪਣੇ ਵੱਲੋਂ ਬੇਨਤੀ ਕਰਦਾ, ਹੁਣ ਜੇ ਮੈਂ ਕਾਲ ਲਾਈ ਤਾਂ ਸ਼ਾਇਦ ਉਹਨਾਂ ਨੇ ਪਤਾ ਨਹੀਂ ਰਿਸੀਵ ਕਰਨੇ ਕਿ ਨਹੀਂ, ਮੈਂ ਕੋਸ਼ਿਸ਼ ਕਰਾਂਗਾ ਉਹਨਾਂ ਨੂੰ ਕਾਲ ਲਾਉਣ ਦੀ। ਪਰ ਸਵਾਲ ਇਹ ਵੱਡਾ ਹੈਗਾ ਕਿ ਆਖਰਕਾਰ ਦੇਖੋ, ਤੁਹਾਨੂੰ ਬੱਚੇ ਸਕੂਲ ਦੇ ਦਿਖਾ ਰਹੇ ਸੀ, ਹਾਲਾਂਕਿ ਚਲੋ ਮੈਂ ਨਿੱਜੀ ਤੌਰ ਤੇ ਇੱਥੇ ਲੰਘ ਰਿਹਾ ਸੀ,
ਨਿੱਜੀ ਤੌਰ ਤੇ ਇੱਥੋਂ ਲੰਘ ਰਿਹਾ ਸੀਗਾ ਤੇ ਇਹਦੀ ਭੈਣ ਸੀ। ਹਾਂਜੀ ਆ ਲਓ ਜੀ, ਆਪਾਂ ਫੋਨ ਲਾਇਆ ਹੈਗਾ ਜੀ, ਦੇਖਦੇ ਹਾਂ ਹੁਣ ਕੀ ਜਵਾਬ ਦਿੰਦੇ ਨੇ। ਹਾਲੇ ਤੱਕ ਰਿੰਗ ਦੀ ਆਵਾਜ਼ ਨਹੀਂ ਲੱਗ ਗਈ ਜੀ। ਦੀਪਾ ਜੀ, ਮੈਂ ਪ੍ਰਦੀਪ ਬੈਂਸ, ਰਿਪੋਰਟਰ ਪੰਜਾਬੀ ਵਰਲਡ ਵਾਈਡ ਤੋਂ ਗੱਲ ਕਰ ਰਿਹਾ ਜੀ। ਮੈਂ ਲਾਈਵ ਹੋਇਆ ਹੈਗਾ ਤੁਹਾਡੇ ਵਾਰਡ ਦੇ ਵਿੱਚ, ਇੱਕ ਝੁੱਗੀਆਂ ਪੈਂਦੀਆਂ ਨੇ ਬੀਰਮਪੁਰ ਰੋਡ ਦੇ ਉੱਤੇ। ਬੀਰਮਪੁਰ ਰੋਡ ਤੇ ਝੁੱਗੀਆਂ ਪੈਂਦੀਆਂ ਜੀ? ਝੁੱਗੀਆਂ ਨੀ, ਝੁੱਗੀਆਂ ਜੀ ਸਾਨੂੰ ਕਹਿੰਦੇ ਤੁਸੀਂ ਚਲੋ ਅਸੀਂ ਆਨੇ, ਲੇਕਿਨ ਤੁਸੀਂ ਆਏ ਨੀ। ਕੀ ਜਵਾਬ ਦੇ ਰਹੇ ਹੋ? ਉਹਨਾਂ ਦੀ ਮੰਮੀ ਮਿਲੀ ਸੀ। ਚਲੋ ਸੁਣ ਲੋ, ਸੁਣ ਲੋ। ਹਾਂਜੀ, ਅੱਛਾ ਜੀ, ਤੁਹਾਨੂੰ ਕਰਦੇ ਨੇ ਮੈਸੇਜ ਦਿੱਤਾ ਹੋਏਗਾ ਕਿ ਬੰਦੇ ਆਏ ਨੇ, ਪਾਣੀ ਡੁੱਬ ਗਏ ਨੇ, ਮੈਂ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ। ਇੱਕ ਵਾਰ ਨਹੀਂ ਕਿਹਾ ਜੀ ਉਹਨਾਂ ਨੇ, ਤਾਂ ਉਹ ਕਹਿ ਰਹੇ ਜੀ ਤੁਹਾਡੇ ਘਰ ਜਾ ਕੇ ਆਏ ਨੇ। ਤੁਹਾਡੀ ਮੈਂ ਸੀ, ਦੋਵੇਂ ਪੈਣਾ ਜਾ ਕੇ ਆਏ ਜੀ, ਤੁਹਾਡੀ ਭੈਣ ਜੀ ਬੋਲਦੀ ਸੀ। ਜੀ ਮੇਰਾ ਹਰੇਕ ਮਹੱਲੇ 'ਚ ਸਾਰਿਆਂ ਕੋਲ ਨੰਬਰ ਵਾ, ਨੰਬਰ ਹੈਗਾ ਸੀ, ਗਏ ਸੀ ਤੁਸੀਂ ਕਰ ਸਕਦੇ ਸੀਗੇ। ਬਾਬਾ ਭੈਣ ਜੀ ਕਹਿੰਦੀ ਸੀ ਮੇਰੇ ਵਾਲੇ ਪਾਸੇ ਵੈਸੇ ਜੀ ਪਾਣੀ ਨਹੀਂ ਆਇਆ ਨਾਲੇ। ਸਰ ਜੀ ਆਹ ਦੇਖੋ, ਤੁਹਾਨੂੰ ਰਿਕੁਐਸਟ ਆ ਜੀ, ਮੈਂ ਲਾਈਵ ਹੋਇਆ ਹੈਗਾ, ਘੱਟੋ ਘੱਟ ਤੁਹਾਨੂੰ ਜਿਹੜੇ ਨੇ ਕਮ ਸੇ ਕਮ ਬਹੁਤ ਸਾਰੇ ਲੋਕ ਦੇਖ ਰਹੇ ਨੇ, ਬੇਨਤੀ ਹੈਗੀ ਆ ਕਿ ਤੁਸੀਂ ਇਹਨਾਂ ਦਾ ਹੱਲ ਜਿਹੜਾ ਉਹ ਜੇ ਤੁਹਾਨੂੰ, ਚਲੋ ਮੰਨ ਲਓ ਤੁਹਾਨੂੰ ਤੁਹਾਡੇ ਘਰ ਮੈਸੇਜ ਗਿਆ, ਇਹਨਾਂ ਤੋਂ ਕਾਲ ਨਹੀਂ ਹੋਈ, ਗਰੀਬ ਬੰਦੇ ਨੇ, ਹੋ ਸਕਦਾ ਨਾ ਕਾਲ ਹੋਈ ਹੋਵੇ, ਪਰ ਇਹਨਾਂ ਦਾ ਹੱਲ ਕੀ ਕੀਤਾ ਜਾਵੇ? ਤੁਸੀਂ ਲਾਈਵ ਤੇ ਜੁੜੇ ਹੋਏ ਹੋ ਇਸ ਟਾਈਮ ਫੋਨ ਕਾਲ ਦੇ ਉੱਤੇ। ਪਰ ਉਹ ਕਹਿ ਰਹੇ ਜੀ ਤੁਹਾਨੂੰ ਸਾਡੀਆਂ ਵੋਟਾਂ ਨੇ, ਤੁਹਾਡੇ ਅਸੀਂ ਵੋਟਾਂ ਪਾਈਆਂ ਨੇ, ਗੱਲ ਨੀਵੀਂ ਉੱਚੀ ਜਗ੍ਹਾ ਤੇ ਹੈ ਹੀ ਨਹੀਂ, ਗੱਲ ਤਾਂ ਤੁਹਾਨੂੰ, ਤੁਹਾਨੂੰ ਇਲੈਕਟਡ ਪਰਸਨ ਹੋ ਤੁਸੀਂ। ਇੱਕ ਗੱਲ ਦੱਸੋ, ਪਾਣੀ ਤਾਂ ਹੁਣ ਜੇ ਮੰਨ ਲਓ ਜੇ ਦੋ ਚਾਰ ਘਰਾਂ ਚ ਆ ਰਹੀਆਂ, ਪੂਰੇ ਸ਼ਹਿਰ ਚ ਆਇਆ ਜੀ? ਨਹੀਂ ਜੀ ਦੇਖੋ, ਇਹ ਤਾਂ ਗੱਲ ਦੇਖੋ, ਪੂਰੇ ਸ਼ਹਿਰ ਚ ਨੀ, ਪੂਰੇ ਪੰਜਾਬ ਚ ਆਇਆ, ਪੂਰੇ ਭਾਰਤ ਚ ਆਇਆ, ਪਰ ਜੇ ਜ਼ਿੰਮੇਵਾਰ ਬੰਦੇ ਗੱਲ ਕਹਿਣ ਕਿ ਪਾਣੀ ਤਾਂ ਪੂਰੇ ਸ਼ਹਿਰ ਚ ਆਇਆ, ਫਿਰ ਤੁਸੀਂ, ਫਿਰ ਦੇਖੋ ਹੱਲ ਕਰਨ ਵਾਲਾ ਤਾਂ ਕੌਣ ਆ? ਤੁਸੀਂ ਚੁਣੇ ਹੋਏ ਪਰਸਨ ਹੋ, ਐਮ ਸੀ ਹੋ, ਕੌਂਸਲਰ ਹੋ, ਇਹਨਾਂ ਦਾ ਗਰੀਬਾਂ ਦਾ ਹੱਲ ਕਰੋ। ਬਾਊ ਜੀ ਜੇ ਮੈਨੂੰ ਕੋਈ ਦੱਸੂਗਾ ਪੈਸੇ ਜੀ, ਮੈਂ ਕੁਛ ਕਰੂੰਗਾ, ਉਹਨਾਂ ਦੀ ਸੁਣਵਾਈ ਕਰੂ, ਜਾਂ ਕੋਈ ਰਾਸ਼ਨ ਦਿੰਦਾ ਜਾਂ ਕੁਛ, ਮੈਂ ਕੁਛ ਕਰਦਾ। ਰਾਸ਼ਨ ਤਾਂ ਚਲੋ ਉਹਨਾਂ ਨੂੰ, ਜਿਹੜਾ ਬਾਬਾ ਅਮਰਨਾਥ ਜੀ ਦਾ ਲੰਗਰ ਲੱਗਾ ਹੋਇਆ ਹੈਗਾ, ਉਹ ਇਹਨਾਂ ਨੂੰ ਜਿਹੜੇ ਨੇ ਦਾਨੀ ਸੱਜਣ ਜਿਹੜੇ ਉਹ ਇਹਨਾਂ ਨੂੰ ਦੇ ਗਏ ਨੇ ਲੰਗਰ। ਜੋ ਵੀ ਇਹਨਾਂ ਦੀ ਡਿਮਾਂਡ ਹੈਗੀ ਉਹ ਜਲਦ ਤੋਂ ਜਲਦ ਜਿਹੜੀ ਤੁਸੀਂ ਇਹਨਾਂ ਨਾਲ ਜਿਹੜੀ ਮਿਲ ਕੇ ਇਹਨਾਂ ਨਾਲ ਸਾਂਝੀ ਕਰੋ ਜੀ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ। ਸੋ ਲਾਈਵ ਤੇ ਲਗਾਤਾਰ ਜੁੜੇ ਹੋਏ ਆ, ਤਸਵੀਰਾਂ ਤੁਹਾਨੂੰ ਦਿਖਾ ਰਹੇ ਨੇ, ਗੱਲ ਹੋਈ ਸੀ ਕੌਂਸਲਰ ਸਾਹਿਬ ਨਾਲ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਕੋਈ ਕਾਲ ਕਰੇਗਾ ਤਾਂ ਦੱਸਾਂਗੇ ਜਾਂ ਪੁੱਛਾਂਗੇ। ਲੇਕਿਨ ਇੱਥੇ ਹੁਣ ਸਵਾਲ ਇਹ ਪੈਦਾ ਹੁੰਦਾ ਹੈਗਾ ਕਿ ਆਖਿਰਕਾਰ ਜਿਸ ਕੋਲ ਫੋਨ ਨਾ ਹੋਵੇ, ਜਿਸ ਕੋਲ ਸਾਧਨ ਨਾ ਹੋਵੇ, ਜਿਸ ਕੋਲ ਜਿਹੜਾ ਰਾਬਤਾ ਨਾ ਹੋਵੇ, ਜੇ ਰਾਬਤਾ ਵੀ ਹੋਇਆ ਤਾਂ ਉੱਥੇ ਤੱਕ ਕੋਈ ਮੈਸੇਜ ਨਹੀਂ ਜਾਂਦਾ ਹੈਗਾ, ਤਾਂ ਜੇ ਮੈਸੇਜ ਗਿਆ ਤਾਂ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਮੈਨੂੰ ਇਹਨਾਂ ਨੇ ਜਿਹੜੀ ਕੋਈ ਕਾਲ ਨਹੀਂ ਕੀਤੀ। ਹੁਣ ਸਵਾਲ ਇਹ ਬਣਦਾ ਕਿ ਇਸ ਦੇ ਵਿੱਚ ਜ਼ਿੰਮੇਵਾਰ ਕੌਣ ਹੈ, ਜਾਂ ਜਿਹੜਾ ਉਹ ਇਸ ਚੀਜ਼ ਦਾ ਜਿਹੜਾ ਨੁਕਸਾਨ ਜਿਹੜਾ ਉਹ ਕੌਣ ਚੱਲ ਰਿਹਾ ਤੇ ਕਿਹਦੇ ਕਰਕੇ ਚੱਲ ਰਿਹਾ? ਇਹ ਤਾਂ ਸ਼ਾਇਦ ਪਾਣੀ ਦੀ ਮਾਰ ਤਾਂ ਕੁਦਰਤੀ ਹੁੰਦੀ ਹੈ, ਪਰ ਕਿਤੇ ਨਾ ਕਿਤੇ ਜੇ ਆਪਾਂ ਗੱਲਾਂ ਕਰੀਏ ਤਾਂ ਸ਼ਾਇਦ ਇਸ ਗੱਲ ਦਾ ਸਵਾਲ ਜਿਹੜਾ ਆ ਉਹ ਕਿਤੇ ਨਾ ਕਿਤੇ ਫਿਰ ਸਾਈਨ ਆਫ ਇੰਟਰੋਗੇਸ਼ਨ ਆਉਂਦਾ ਵਿੱਚ ਹੈਗਾ ਕਿ ਗੰਦੇ ਨਾਲ ਦੀ ਗੱਲ ਕਰ ਲਈ, ਪ੍ਰਸ਼ਾਸਨ ਸਬਕ ਕਿਉਂ ਨਹੀਂ ਲੈਂਦਾ? ਹੜਾਂ ਨੂੰ ਲੈ ਕੇ ਡੀਸੀ ਤੱਕ ਜਿਹੜੇ ਨੇ ਉਹ ਮੀਟਿੰਗਸ ਹੁੰਦੀਆਂ ਨੇ, ਡੀਸੀ ਜਿਹੜੇ ਨੇ ਉਹ ਇੱਕ ਦਿਸ਼ਾ ਨਿਰਦੇਸ਼ ਦਿੰਦੇ ਨੇ ਹਰ ਵਾਰ। ਹੜ ਨੇ ਬੇਸ਼ੱਕ ਚਲੋ ਆਪਣੀ ਵਾਰੀ 'ਤੇ ਆਉਣਾ ਹੁੰਦਾ ਹੈ, ਹਰ ਸਾਲ ਹੜ ਨਹੀਂ ਆਉਂਦਾ, ਲੇਕਿਨ ਹਰ ਸਾਲ ਸਫਾਈ, ਜਾਂ ਗੱਲ ਕਰੀਏ ਆਹ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਕਿਹਾ ਕਿ ਇਹਨਾਂ ਦੀ ਝੁੱਗੀਆਂ ਨੀਵੇਂ ਘਰ, ਦੇਖੋ ਇੱਕ ਵੱਡਾ ਸਵਾਲ ਉਹਨਾਂ ਦਾ ਸੀ ਕਿ ਇਹਨਾਂ ਦੇ ਘਰ ਨੀਵੇਂ ਪਾਸੇ ਨੇ, ਹੁਣ ਜੇ ਕਿਸੇ ਫਿਰ ਨੀਵੇਂ ਪਾਸੇ ਦੀਆਂ ਵੋਟਾਂ ਨਾ ਲੈਂਦੇ, ਉੱਚੇ ਵਾਲੇ ਪਾਸੇ ਦੀ ਲੈ ਲੈਂਦੇ, ਇਹ ਤਾਂ ਕੋਈ ਜਵਾਬ ਨਹੀਂ ਨਾ ਹੈਗਾ। ਪਰ ਵੱਡਾ ਸਵਾਲ ਇਹ ਹੈਗਾ, ਆਹ ਤੁਸੀਂ ਮੈਨੂੰ ਆਪਣੇ ਘਰ ਦਿਖਾ ਲਓ ਜੀ ਮਾੜਾ ਜਿਹਾ। ਚਲੋ ਜੀ ਨੀਵੇਂ ਪਾਸੇ ਵਾਲੇ ਘਰ ਦੇਖ ਲੈਂਦੇ ਹਾਂ, ਹਾਲਾਂਕਿ ਇੱਥੇ ਚਿੱਕੜ ਬਰਾਬਰ ਬਣਿਆ ਹੋਇਆ ਹੈਗਾ। ਚਲੋ ਉਹ ਤੁਹਾਡਾ ਨਿੱਜੀ ਮਾਮਲਾ ਜੀ ਕਿ ਤੁਸੀਂ ਕਿਹ ਤੋਂ ਜ਼ਮੀਨ ਲਈ ਹੈ, ਕਿਹ ਤੋਂ ਨਹੀਂ ਲਈ। ਸਾਡਾ ਫਰਜ਼ ਜਿਹੜਾ ਹੈਗਾ
कि जे तुसी वाकई लोड़वंद हो, वाकई तुसी मुसीबत चो। गल शुरू हुई सी बच्चों के स्कूल जाने तो, तुसी देख सकते आ लो जी तस्वीर थानू दिखा रहे हैं। लो जी किन्निया वोटा थोड़िया, मैं लो जी मैं लगता कि शायद बहुत सारा एक झुग्गी नहीं जी, बहुत सारे इत्थे परिवार ने आ तक देख लो। हाँ लो जी तुसी देख सकते हो लो जी ये तस्वीर ने रेलवे स्टेशन तो ओपोजिट बीरमपुर रोड दे बिल्कुल नाल। आ लो जी लाइव तस्वीर थानू दिखा रहे हैं। हुण तुसी मैनू इक गल दा आप ही कमेंट कर दिओ जां कुछ कर दिओ, मेरा कोई दुश्मन नहीं है, मैं कोई नगर कौंसल दा दुश्मन नहीं है, मैं कोई एमसी दा दुश्मन नहीं है। ये गल मैं इस करके नहीं कि मैं डर के बोल रहा, मैं सिर्फ क्लियर ये कर दिया कि गरीब बंदे दी जिंदगी वाकई नरक है। कि वह तो रुल खा के आंदा कि मैं नरक च रहना, आ नाल लगदी बई आ, चलो इन्हां नूं पुग्गे इन्हां ने जमीन लै ली, पर जदों जे तो यह गिणती च ना आते फिर तो शायद असं भी कह देंगे कि नहीं तुसी अपना थां बदल दिओ, है ना। पर हुण वह कह रहे हैं कि साडे पक्के थां ने, ये जिन्नी साडी हैसियत आ, आ लो असी घर बनाए हुए ने, तस्वीर तुसी देख सकते हो, पर हुण वोटां भी इन्हां दीआं पईआं ने, तुहाडे आधार कार्ड बने हुए आ। हाँ लो जी तुसी हुण दसो जी मैनू, मैं कल्ले एमसी नूं सवाल नहीं करदा, मैं पूरे भारत की सरकार नूं जिहड़ा ओह सवाल करदा हैगा। गल्लां तुसी स्वच्छ भारत दीआं करदे हो, गल्लां डिजिटल इंडिया दीआं करदे हो, अमरीका जांदे हो, होर दौरियां ते जांदे हो, आ की है फिर ग्राउंड लैवल की सच्चाई की है। सूबा सरकार की गल करिए भगवंत मान साहब तक ये वीडियो पहुँचा दो, जिहड़े गरीबां दी वाफण दा दावा करदे ने, पर आ देख सकते हो ये समान इस तरह पिया उपर कड़े लेंटर पिया होया है, बड़े बड़े लेंटर च हो जाते हैं जदों बरसात आउंदियां ने, पर आ खड़े ने। हाँ जी होर दसो की कहना चाहते हो। ਸਾਨੂੰ ਕੁਛ ਨੀ ਚਾਹੀਦਾ, ਸਾਨੂੰ ਹੱਲ ਹੋਣਾ ਚਾਹੀਦਾ, ਪਾਣੀ ਦਾ ਹੱਲ ਹੋਣਾ ਚਾਹੀਦਾ, ਸਾਨੂੰ ਥੋੜਾ ਮੋਟਾ ਸਾਨੂੰ ਉਹ ਗ੍ਰਾਂਟ ਮਿਲਣੇ ਚਾਹੀਦੇ ਆ, ਸਾਡਾ ਵੀ ਹੱਲ ਸੀ, ਗਰੀਬ ਬੰਦੇ ਸੀ, ਵਿਧਵਾ ਧੀਮੀਆਂ ਸੀ। ਕਿੰਨੀਆਂ ਵੋਟਾਂ ਤੁਹਾਡੀਆਂ ਸਾਰੀਆਂ ਟੋਟਲ ਘੱਟੋ ਘੱਟ ਕਿੰਨੀਆਂ ਹੋਣਗੀਆਂ, ਮੈਂ ਇਸ ਕਰਕੇ ਨੀ ਪੁੱਛ ਰਿਹਾ ਕਿ ਤੁਹਾਡੀ ਖਰੀਦੋ ਫਰੋਖਤ ਕਰਨੀ ਹੈ, ਮੈਂ ਤਾਂ ਸਿਰਫ ਇਸ ਕਰਕੇ ਪੁੱਛ ਰਿਹਾ ਤੁਹਾਡੀ ਗਿਣਤੀ ਕਿੰਨੀ ਹੈ। ਤਿੰਨ ਮੇਰੇ ਮੁੰਡਿਆਂ ਦੀਆਂ, लेकिन वोटा विच मुल बहुत वड्डा हुंदा वोटर दा भी, वोटा पाउण वाले दा भी, वोटर कार्ड भी हैगे साडे, ठीक है जी वोटर कार्ड भी हैगे आ। कई लोग पैसे लैके वोटा, पैसे लैके तो नहीं वोटा पाईआं तुसीं, देख लो कई बार इदां हुंदा, मैं माफी चाहुंदा मैं ये गल कह रहा, कई बार एलीगेशन हुंदे ने कि लोग तो पैसे लै लैंदे ने वोटा पाउण लई, सरकार बिजली मीटर लगे हुए देखो लो जी। एमसी साहब नूं कॉल कीती तां जे तुसीं सारे वार्ड का दौरा कीता होवे, आपां 5 साल का एक एग्रीमेंट करदे आ वोटर दे नाल कि तुहानूं कोई दिक्कत आउंदी है ਤਾਂ ਅਸੀਂ ਖੁਦ ਪਹੁੰਚਾਂਗੇ। ਤੇ ਐਡੇ ਵੱਡੇ ਹੜ ਆਏ ਨੇ, ਐਮਸੀ ਸਾਹਿਬ ਨਾਲ ਗੱਲ ਹੋਈ ਹੈ ਤਾਂ ਉਹ ਕਹਿ ਰਹੇ ਨੇ ਮੈਂ ਕਾਲ ਡੀਕ ਰਿਹਾ, ਮੈਨੂੰ ਕੋਈ ਕਾਲ ਕਰੇਗਾ ਤਾਂ ਮੈਂ ਤਾਂ ਪਾਣੀ ਤਾਂ ਸਾਰੇ ਆਇਆ ਹੋਇਆ, ਠੀਕ ਆ ਜੀ ਫਿਰ ਪਾਣੀ ਤਾਂ ਸਾਰੇ ਆਇਆ ਹੋਇਆ, ਫਿਰ ਤਾਂ ਤੁਹਾਡੇ ਵੀ ਆਇਆ ਹੋਇਆਗਾ। ਇੱਕ ਵੱਡਾ ਸਵਾਲ ਹੈ ਕਿ ਜ਼ਿੰਮੇਵਾਰ ਕੌਣ ਹੈ, ਹੂ ਆਰ ਦਾ ਰਿਸਪੋਂਸੀਬਲ ਫੋਰ ਦਿਸ, ਜੇ ਹੜ ਵੀ ਆ ਗਿਆ ਜੇ ਪਾਣੀ ਵੀ ਆ ਗਿਆ ਤਾਂ ਸੀ ਐਮ ਸਾਹਿਬ ਆਪ ਜਿਹੜੇ ਨੇ ਉਹ ਨੰਗੇ ਪੈਰੀ ਪੂਰੇ ਘੱਗਰ ਦਰਿਆ 'ਚ, ਹਲੇ ਵੀ ਇੱਥੇ ਧੁੱਪ ਨਿਕਲੀ ਆ ਲੇਕਿਨ ਹਲੇ ਵੀ ਘੱਗਰ ਦਰਿਆ ਦਾ ਪਾਣੀ ਜਿਹੜਾ ਖੁੱਲਿਆ ਹੋਇਆ, ਪਟਿਆਲੇ ਵਿੱਚ ਜਾ ਕੇ ਦੇਖੋ ਹਾਲਾਤ ਕੀ ਨੇ, ਇੱਕ ਛੋਟੇ ਜਿਹੇ ਇਸ ਸ਼ਹਿਰ ਨੂੰ ਕਹਿ ਦੇਣਾ ਕਿ ਪਾਣੀ ਤਾਂ ਸਾਰੇ ਪਾਸੇ ਆਇਆ, ਇਹ ਕੋਈ ਜਵਾਬ ਨਹੀਂ ਹੈ ਤੁਹਾਡਾ। ਸੋ ਹੁਣ ਇਹਨਾਂ ਲੋਕਾਂ ਦਾ ਹੱਲ ਜਿਹੜਾ ਉਹ ਕਰਵਾਉਣ ਦੀ ਕੋਸ਼ਿਸ਼ ਕਰਾਂਗੇ, ਗੱਲਬਾਤ ਕਰਾਂਗੇ ਵੱਡੇ ਆਲਾ ਅਫਸਰਾਂ ਦੇ ਨਾਲ ਅਤੇ ਨਗਰ ਕੌਂਸਲ ਗੜਸ਼ੰਕਰ ਦੇ ਨਾਲ ਰਾਬਤਾ ਕਰਾਂਗੇ, ਇਹਨਾਂ ਦਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਸੋ ਮੇਰੇ ਇਸ ਲਾਈਵ ਨੂੰ ਇਸ ਕਰਕੇ ਸ਼ੇਅਰ ਨਹੀਂ ਕਰਨਾ ਕਿ ਮੈਨੂੰ ਵਿਊ ਚਾਹੀਦੇ ਨੇ, ਮੈਨੂੰ ਵਿਊ ਨਹੀਂ ਚਾਹੀਦੇ, ਮੈਨੂੰ ਤੁਹਾਡਾ ਸਾਥ ਚਾਹੀਦਾ। ਵੀਡੀਓ ਨੂੰ ਸ਼ੇਅਰ ਕਰਨਾ ਨਹੀਂ ਕਰਨਾ ਕੋਈ ਮੈਨੇ ਨਹੀਂ ਦਿਖਾਉਂਦਾ, ਗਰੀਬ ਦੇ ਹੱਕ ਦੀ ਗੱਲ ਕਰਨਾ ਇਹ ਬਹੁਤ ਵੱਡਾ ਮਾਇਨਾ ਰਖਾਉਂਦਾ ਹੈਗਾ। ਸੋ ਕੁਝ ਗੱਲਾਂ ਦੇ ਨਾਲ
प्रदीप बैंस तुहाडे तों आग्या लै रहा ते अगले लाइव अगले अपडेट च जल्दी तुहानू मिलदे आ। बहुत बहुत तुहाडा शुक्रिया मेरे नाल इस लाइव ते बने रहण लई। पंजाबी वर्ल्ड वाइड तों